ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਗਿਲਜ મેન્ટੋਰ ਈ-ਲਰਨਿੰਗ ਪਲੇਟਫਾਰਮ ਦੋਸਤੋ ਗਿਲਜ મેન્ટੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡੇ ਸਾਰਿਆਂ ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਦੋਸਤੋ ਕੋਵਿਡ-19 ਦੇ ਰਿਲੇਟਿਡ ਜਿਹੜੀ ਕੁਐਸਚਨਸ ਦੀ ਸੀਰੀਜ਼ ਚੱਲ ਰਹੀ ਹੈ ਦੋਸਤੋ ਅੱਜ ਉਹਦੀ ਕਲਾਸ 3rd ਹੈ ਤਾਂ ਕਰਕੇ ਦੋਸਤੋ ਜੇਕਰ ਕੋਈ ਅੱਜ ਇਹ ਕਲਾਸ ਪਹਿਲੀ ਵਾਰ ਦੇਖ ਰਿਹਾ ਹੈ ਤਾਂ ਉਹਨਾਂ ਨੂੰ ਮੇਰੀ ਰਿਕਵੈਸਟ ਹੈ ਕਿ ਤੁਸੀਂ ਜੋ ਕਿ ਆਲਰੇਡੀ ਕਲਾਸਿਸ ਅਪਲੋਡ ਹੋ ਚੁੱਕੀਆਂ ਹਨ ਕਲਾਸ 1 ਤੇ 2 ਤੁਸੀਂ ਪਹਿਲਾਂ ਉਹਨਾਂ ਨੂੰ ਜਾ ਕੇ ਦੇਖਿਓ ਉਹਨਾਂ ਨੂੰ ਜਾ ਕੇ ਦੋਸਤੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਉਹਨਾਂ ਨੂੰ ਪਹਿਲਾਂ ਅਟੈਂਡ ਕਰੋ ਫਿਰ ਤੁਸੀਂ ਕਲਾਸ 3 ਨੂੰ ਅਟੈਂਡ ਕਰਿਓ ਤਾਂ ਹੀ ਤੁਹਾਨੂੰ ਦੋਸਤੋ ਬਿਹਤਰੀਨ ਤਰੀਕੇ ਨਾਲ ਸਾਰਾ ਕੁਝ ਸਮਝ ਆ ਜਾਏਗਾ ਇੱਥੇ ਦੋਸਤੋ ਅਸੀਂ ਬਾਡ ਅਟੈਂਡੈਂਟ ਦੀ ਵੈਕੈਂਸੀ ਦੇ ਰਿਗਾਰਡਿੰਗ ਕੁਐਸ਼ਨਸ ਦੇਖ ਰਹੇ ਹਾਂ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ ਕੋਵਿਡ 19 ਦੇ ਰਿਲੇਟਡ ਤੁਹਾਨੂੰ ਕਵੈਸ਼ਨਸ ਜ਼ਿਆਦਾ ਦੇਖਣ ਨੂੰ ਮਿਲेंगे एग्जाम ਚ ਹੈਲਥ ਅਵੇਅਰਨੈਸ ਜਿਹੜਾ ਸਬਜੈਕਟ ਹੈ ਉਹਦੇ ਅੰਦਰ ਆਉਂਦਾ ਹੈ ਦੋਸਤੋ ਕੋਵਿਡ 19 ਨੂੰ ਅਸੀਂ ਦੋਸਤੋ 300 ਕਵੈਸ਼ਨਸ ਇਹਦੇ ਕਵਰ ਕਰਾਵਾਂਗੇ ਇਸ ਲਈ ਸਾਡੀ ਰਿਕਵੈਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਜਿੰਨੇ ਵੀ ਦੋਸਤ ਮੇਰੇ ਨਾਲ ਜੁੜ ਗਏ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜਿੰਨੇ ਵੀ ਤੁਹਾਡੇ WhatsApp ਗਰੁੱਪਸ ਹੈ ਜਿੰਨੇ ਵੀ ਤੁਹਾਡੇ telegram facebook groups ਹੈ ਉੱਥੇ ਜਾ ਕੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਦੋਸਤੋ ਸ਼ੇਅਰ ਕਰੋ ਤਾਂ ਕਿ ਸਾਰੇ ਐਸ ਫ੍ਰੀ ਵੀਡੀਓਸ ਦਾ ਦੋਸਤੋ ਫਾਇਦਾ ਉਠਾ ਸਕਣ ਠੀਕ ਹੈ ਤੇ ਜੇਕਰ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਕੋਈ ਡਾਊਟ ਰਹਿੰਦਾ ਹੈ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਕਮੈਂਟ ਕਰਿਓ ਮੈਂ ਸਾਰੇ ਕਮੈਂਟਸ ਦਾ ਜਵਾਬ ਦਿੰਨਾ ਦੋਸਤੋ ਬਿਨਾ ਟਾਈਮ ਵੇਸਟ ਕੀਤੇ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣਾ ਟੋਪਿਕ ਕੋਵਿਡ 19 ਦੇ ਰਿਲੇਟਡ ਅਸੀਂ ਕਲਾਸ 3 ਅੱਜ ਦੀ ਸਟਾਰਟ ਕਰਨ ਵਾਲੇ ਆਂ ਠੀਕ ਹੈ ਵੀਡੀਓ ਚੰਗੀ ਲੱਗੇ ਤਾਂ ਦੋਸਤੋ ਇੱਕ ਲਾਈਕ ਜਰੂਰ ਕਰ ਦਿਓ ਦੋਸਤੋ ਤੁਹਾਡਾ ਲਾਈਕ ਹੀ ਸਾਨੂੰ ਜ਼ਿਆਦਾ ਮੋਟੀਵੇਟ ਕਰਦਾ ਹੈ ਕਿਉਂਕਿ ਦੇਖੋ ਦੋਸਤੋ ਅਸੀਂ ਜੇ ਮੋਟੀਵੇਟ ਰਾਵਾਂਗੇ ਤਾਂ ਹੀ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪੜਾ ਪਾਵਾਂਗੇ ਕਿਉਂਕਿ ਕੁਝ ਵੀ ਚੀਜ਼ ਨੂੰ ਕਰਨ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਠੀਕ ਹੈ ਮੈਂ ਖੁਦ ਆਪਣਾ ਕੌਨਫੀਡੈਂਸ ਵਿੱਚ ਰਹੂੰਗਾ ਮੋਟੀਵੇਟਡ ਰਹੂੰਗਾ ਤਾਂ ਹੀ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਪੜਾ ਪਾਉਂਗਾ ਠੀਕ ਹੈ ਦੋਸਤੋ ਆਈ ਹੋਪ ਤੁਹਾਨੂੰ ਸਾਰੀ ਗੱਲਾਂ ਸਮਝ ਆ ਗਈਆਂ ਹੋਣਗੀਆਂ ਤਾਂ ਚਲੋ ਸਾਰਿਆਂ ਨੇ ਕੁਐਸਚਨਸ ਦੇ ਜਵਾਬ ਦੇਣੇ ਹਨ ਪਹਿਲਾ ਕੁਐਸਚਨ ਦੇਖਦੇ ਹਾਂ ਅੱਜ ਦੀ ਵੀਡੀਓ ਦਾ ਠੀਕ ਹੈ ਫਰਸਟ ਕੁਐਸਚਨ ਹੈ ਦੋਸਤੋ ਕੋਵਿਡ 19 ਮਨੁੱਖੀ ਸਰੀਰ ਦੇ ਕਿਹੜੇ ਹਿੱਸੇ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਦੋਸਤੋ ਜਿਵੇਂ ਕਿ ਆਪਾਂ ਫਰਸਟ ਵੀਡੀਓ ਵਿੱਚ ਵੀ ਇਹ ਡਿਸਕਸ ਕੀਤਾ ਹੀ ਕਿ ਤੁਹਾਡੇ ਦੋਸਤੋ ਪਹਿਲਾਂ ਆਪਾਂ ਆਪਾਂ ਆਪਸ਼ਨ ਦੇਖ ਲੈਣੇ ਆ ਏ ਆਪਸ਼ਨ ਹੈ ਹਾਰਟ ਬੀ ਆਪਸ਼ਨ ਲੰਗਸ ਆਪਸ਼ਨ ਸੀ ਬ੍ਰੇਨ ਡੀ ਆਪਸ਼ਨ ਨਨ ਆਫ ਥੀਸ ਦੋਸਤੋ ਮੈਂ ਪਹਿਲਾਂ ਡਿਸਕਸ ਕਰ ਚੁੱਕਿਆ ਕਿ ਜਿਹੜਾ ਕੋਵਿਡ 19 ਹੈ ਉਹ ਇਨਸਾਨ ਦੇ ਲੰਗਸ ਜਿਹਨੂੰ ਆਪਾਂ ਫੇਫੜੇ ਕਹਿ ਦਿੰਦੇ ਆ ਉਹਨੂੰ ਦੋਸਤੋ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਤਾਂ ਹੀ ਆਪਾਂ ਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਠੀਕ ਹੈ ਤਾਂ ਇਹਦਾ ਆਨਸਰ ਆਏਗਾ ਆਪਸ਼ਨ ਬੀ ਲੰਗਸ ਠੀਕ ਹੈ ਅ ਨੈਕਸਟ ਕੁਐਸਚਨ ਦੇਖਦੇ ਹਾਂ ਦੋਸਤੋ ਤੁਹਾਨੂੰ ਕਰੋਨਾ ਬਾਰੇ ਜਾਗਰੂਤ ਕਰਨ ਲਈ WhatsApp ਨੇ ਭਾਰਤ ਵਿੱਚ ਕਿਹੜੀ ਵਿਸ਼ੇਸ਼ਤਾ ਲਾਂਚ ਕੀਤੀ ਹੈ ਠੀਕ ਹੈ ਮਤਲਬ ਕਿ WhatsApp ਨੇ ਆfda ਇੱਕ ਦੋਸਤੋ ਪ੍ਰੋਗਰਾਮ ਸਟਾਰਟ ਕੀਤਾ ਹੈ ਲੋਕਾਂ ਨੂੰ ਅਵੇਅਰ ਕਰਨ ਲਈ ਕਰੋਨਾ ਦੇ ਬਾਰੇ ਠੀਕ ਹੈ অপਸ਼ਨ A ਹੈ ਤੁਹਾਡਾ WhatsApp ਨਿਊਜ਼ অপਸ਼ਨ B ਹੈ WhatsApp Go ਠੀਕ ਹੈ অপਸ਼ਨ 3 ਹੈ WhatsApp Chatbot ਔਰ অপਸ਼ਨ D ਹੈ WhatsApp Live ਜਾਂ ਫਿਰ WhatsApp Live ਠੀਕ ਹੈ ਤੁਸੀਂ ਸਾਰਿਆਂ ਨੇ ਜਵਾਬ ਦੇਣੇ ਹੈ ਪਲੀਜ਼ ਤੁਸੀਂ ਆਪਦੇ ਆਪਦੇ ਜਵਾਬ ਜਰੂਰ ਦਿਓ ਠੀਕ ਹੈ ਦੋਸਤੋ ਜੀ ਆਪਦੇ ਆਪਦੇ ਜਵਾਬ ਲਿਖੋ ਫਟਾਫਟ ਐਸਾ ਕਿ ਅਨਸਰ ਹੋ ਸਕਦਾ ਹੈ ਤੁਸੀਂ WhatsApp ਸਾਰਿਆਂ ਨੇ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਇਸ ਚੀਜ਼ ਬਾਰੇ ਤਾਂ ਜਰੂਰ ਪਤਾ ਹੋਣਾ ਚਾਹੀਦਾ ਹੀ ਹੈ ਠੀਕ ਹੈ ਹਾਂ ਚਲੋ ਦੋਸਤੋ ਮੈਂ ਹੀ ਇਹਦਾ ਅਨਸਰ ਦੱਸ ਦਿੰਦਾ ਹਾਂ ਇੰਦਾ ਦੋਸਤੋ ਆਨਸਰ ਆਏਗਾ অপਸ਼ਨ 3 WhatsApp ਚੈਟਬੋਟ ਠੀਕ ਹੈ WhatsApp ਨੇ WhatsApp ਚੈਟਬੋਟ ਸਟਾਰਟ ਕੀਤਾ ਹੈ ਲੋਕਾਂ ਨੂੰ ਅਵੇਅਰ ਕਰਨ ਲਈ ਕਰੋਨਾ ਵਾਇਰਸ ਦੇ ਲਈ ਠੀਕ ਹੈ ਕਿ ਆਪਾਂ ਨੂੰ ਮਤਲਬ ਕਿਹੜੀਆਂ-ਕਿਹੜੀਆਂ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਐ ਠੀਕ ਹੈ ਚਲੋ অপਸ਼ਨ ਕੁਐਸਚਨ ਨੰਬਰ 3 ਦੇਖਦੇ ਹਾਂ ਅੱਜ ਦੀ ਵੀਡੀਓ ਦਾ ਠੀਕ ਹੈ ਕਵੈਸਚਨ ਨੰਬਰ 3 ਹੈ ਕਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਫੇਸਬੁਕ ਨੇ ਭਾਰਤ ਵਿੱਚ ਕਿਹੜੀ ਵਿਸ਼ੇਸ਼ਤਾ ਦੀ ਸ਼ੁਰੂਆਤ ਕੀਤੀ ਹੈ ਦੋਸਤੋ ਪਹਿਲਾਂ ਆਪਾਂ WhatsApp ਦੀ ਗੱਲ ਕੀਤੀ ਹੈ ਤਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਫੇਸਬੁਕ ਦੀ ਠੀਕ ਹੈ ਪਹਿਲਾ ਆਪਸ਼ਨ ਹੈ ਤੁਹਾਡਾ ਕਰੋਨਾ ਵਾਇਰਸ ਇਨਫੋਰਮੇਸ਼ਨ ਸੈਂਟਰ ਆਪਸ਼ਨ B ਕਰੋਨਾ ਵਾਇਰਸ ਟਿਪਸ ਆਪਸ਼ਨ C ਕਰੋਨਾ ਵਾਇਰਸ ਨਿਊਜ਼ ਆਪਸ਼ਨ D ਕਰੋਨਾ ਵਾਇਰਸ ਇਨਫੋਰਮੇਸ਼ਨ ਨਿਊਜ਼ ਤਸੋ ਦੋਸਤੋ ਸਾਰੇ ਜਣੇ ਜਵਾਬ ਦਿਓ ਇਸ ਕੁਐਸਚਨ ਦਾ ਪਹਿਲਾਂ ਵਟਸਐਪ ਦੀ ਗੱਲ ਹੋਈ ਸੀ ਹੁਣ ਫੇਸਬੁੱਕ ਦੀ ਗੱਲ ਹੋ ਰਹੀ ਹੈ ਜੋ ਕਿ ਮੋਸਟਲੀ ਆਪਣੇ ਸਟੂਡੈਂਟਸ ਸਾਰੇ ਜਣੇ ਹੀ ਆਪਣਾ ਯੂਥ ਜਿਹੜਾ ਹੈ ਉਹ ਫੇਸਬੁੱਕ ਨੂੰ ਬਹੁਤ ਯੂਜ਼ ਕਰਦਾ ਹੈ ਤਾਂ ਤੁਹਾਨੂੰ ਇਹ ਅਨਸਰ ਪਤਾ ਹੋਣਾ ਚਾਹੀਦਾ ਹੈ ਦੱਸੋ ਜੀ ਦੋਸਤੋ ਇਸ ਕੁਐਸਚਨ ਦਾ ਅਨਸਰ ਆਏਗਾ ਤੁਹਾਡਾ ਕਰੋਨਾ ਵਾਇਰਸ ਇਨਫੋਰਮੇਸ਼ਨ ਸੈਂਟਰ ਠੀਕ ਹੈ ਇਹ ਤੁਹਾਡਾ ਆਨਸਰ ਆਏਗਾ অপਸ਼ਨ A ਕਰੋਨਾ ਫੇਸਬੁਕ ਨੇ ਕਰੋਨਾ ਵਾਇਰਸ ਲਈ ਅਵੇਅਰ ਕਰਨ ਲਈ ਕਰੋਨਾ ਵਾਇਰਸ ਇਨਫੋਰਮੇਸ਼ਨ ਸੈਂਟਰ ਜਿਹੜਾ ਪ੍ਰੋਗਰਾਮ ਉਹ ਲਾਂਚ ਕੀਤਾ ਹੈ ਠੀਕ ਹੈ ਯਾਦ ਰੱਖਿਓ ਪਹਿਲਾਂ ਆਪਾਂ ਗੱਲ ਕੀਤੀ ਸੀ WhatsApp ਦੀ ਠੀਕ ਹੈ WhatsApp ਨੇ ਕੀਤਾ ਹੈ WhatsApp ਚੈਟਬੋਟ ਠੀਕ ਹੈ ਤੁਸੀਂ ਇੱਥੇ ਯਾਦ ਕਰ ਲਾਜੀਏ ਕਿ ਆਪਾਂ ਸਾਰਾ ਦਿਨ WhatsApp ਤੇ ਚੈਟ ਕਰਦੇ ਰਹਿੰਦੇ ਹਾਂ ਹਨਾ WhatsApp ਚੈਟਬੋਟ ਚੈਟ ਤੋਂ ਤੁਸੀਂ ਯਾਦ ਕਰ ਲਿਓ ਅੱਤ ਐਸ ਕੁਐਸਚਨ ਦਾ ਆਨਸਰ ਥਰਡ ਦਾ ਜਿਹੜਾ ਫੇਸਬੁਕ ਹੈ ਉਹਨੇ ਕੀਤਾ ਹੈ ਕਰੋਨਾ ਵਾਇਰਸ ਇਨਫੋਰਮੇਸ਼ਨ ਸੈਂਟਰ ਦੇਖੋ ਇਹਨੂੰ ਯਾਦ ਕਰ ਲਈ ਤੁਸੀਂ ਇਸ ਤਰ੍ਹਾਂ ਸੋਚ ਸਕਦੇ ਹੋ ਕਿ ਫੇਸਬੁਕ ਤੇ ਅੱਜਕੱਲ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਹੋ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਐਗਜ਼ਾਮ ਦੀ ਇਨਫੋਰਮੇਸ਼ਨ ਆਪਾਂ ਨੂੰ ਫੇਸਬੁਕ ਤੇ ਮਿਲ ਜਾਂਦੀ ਹੈ ਠੀਕ ਹੈ ਤੁਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ ਇਨਫੋਰਮੇਸ਼ਨ ਤੋਂ ਯਾਦ ਰੱਖਿਓ ਜਦੋਂ ਇਨਫੋਰਮੇਸ਼ਨ ਆਵੇ ਤਾਂ ਫੇਸਬੁਕ ਵਾਲਾ ਆਏਗਾ ਕਿਉਂਕਿ ਮੈਨੂੰ ਪਤਾ ਹੈ ਦੋਸਤੋ ਫੇਸਬੁਕ ਇੰਸਟਾਗ੍ਰam ਠੀਕ ਹੈ ਤੇ ਆਪਣੇ ਵਟਸਐਪ ਹੋ ਗਿਆ ਹੈ ਤੇ ਆਪਣੇ ਟੈਲੀਗ੍ਰam ਹੋ ਗਿਆ ਇਹ ਸਾਰਿਆਂ ਦੇ ਰਿਲੇਟਡ ਕੁਐਸਚਨ ਜ਼ਰੂਰ ਆਏਗਾ ਇੱਕ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਕਰੋਨਾ ਵਾਇਰਸ ਦੇ ਰਿਲੇਟਡ ਕੱਲ ਆਪਾਂ ਪੜਿਆ ਸੀਗਾ ਇੰਸਟਾਗ੍ਰam ਵਾਲਾ ਠੀਕ ਹੈ ਤਾਂ ਤਾਂ ਤੁਸੀਂ ਮੈਨੂੰ ਸਾਰੇ ਜਣੇ ਕਮੈਂਟ ਬਾਕਸ ਵਿੱਚ ਜਵਾਬ ਦਿਓ ਕਿ ਇੰਸਟਾਗ੍ਰam ਨੇ ਆਵਦਾ ਕਿਹੜਾ ਪ੍ਰੋਗਰਾਮ ਲਾਂਚ ਕੀਤਾ ਹੈ ਕਰੋਨਾ ਵਾਇਰਸ ਨੂੰ ਕਰੋਨਾ ਵਾਇਰਸ ਦੇ ਰਿਗਾਰਡਿੰਗ ਅਵੇਅਰ ਕਰਨ ਲਈ ਕਲ ਮੈਂ ਪੜਾ ਚੁੱਕਿਆ ਹਾਂ ਠੀਕ ਹੈ ਸਾਰੇ ਜਣੇ ਜਵਾਬ ਦੋ ਫਟਾਫਟ ਐਸ਼ ਕੁਐਸਚਨ ਦਾ ਅਨਸਰ ਹੈ অপਸ਼ਨ ਏ ਕਰੋਨਾ ਵਾਇਰਸ ਇਨਫੋਰਮੇਸ਼ਨ ਸੈਂਟਰ ਆਪਾਂ ਯਾਦ ਕੀਤਾ ਹੈ ਇਨਫੋਰਮੇਸ਼ਨ ਮਿਲਦੀ ਹੈ ਆਪਾਂ ਨੂੰ ਫੇਸਬੁੱਕ ਤੋਂ ਠੀਕ ਹੈ ਦੋਸਤੋ ਇਨਾ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸ਼ਾਰਟਕਟ ਵੀ ਦੱਸਦਾ ਮਤਲਬ ਕਿ ਯਾਦ ਕਰਨ ਦੇ ਤਰੀਕੇ ਕਿਉਂਕਿ ਆਪਾਂ ਨੂੰ ਕੁਐਸਚਨ ਬਹੁਤ ਜ਼ਿਆਦਾ ਆਪਾਂ ਡਿਸਕਸ ਕਰਨੇ ਆ 300 ਕੁਐਸਚਨ ਆਪਾਂ ਕੰਪਲੀਟ ਕਰਾਂਗੇ ਕਰੋਨਾ ਵਾਇਰਸ ਤੇ ਡਿਪੈਂਡਡ ਠੀਕ ਹੈ ਸੌਰੀ ਠੀਕ ਹੈ ਤਾਂ ਆਪਾਂ ਨੂੰ ਯਾਦ ਕਰਨਾ ਬਹੁਤ ਔਖਾ ਹੋ ਜਾਏਗਾ ਤੇ ਮੈਂ ਚਾਹਨਾ ਕਿ ਤੁਹਾਨੂੰ ਇਹਨਾਂ ਵੀਡੀਓਜ਼ ਵਿੱਚ ਹੀ ਤੁਹਾਨੂੰ ਸਾਰਾ ਕੁਝ ਯਾਦ ਹੋ ਜਾਏ ਦੁਵਾਰਤੋ ਤੁਹਾਨੂੰ ਕੁਝ ਵੀ ਰਿਪੀਟ ਨਾ ਕਰਨਾ ਪਵੇ ਠੀਕ ਹੈ ਵਾਰ-ਵਾਰ ਇਸ ਚੀਜ਼ ਨੂੰ ਪੜਨਾ ਨਾ ਪਵੇ ਤਾਂ ਕਰਕੇ ਮੈਂ ਤੁਹਾਨੂੰ ਰਿਟਾ ਦੇਵਾਂਗਾ ਸਾਰੇ ਕੁਐਸਚਨ 300 ਦੇ 300 ਕੁਐਸਚਨ ਬਸ ਤੁਹਾਡੀ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਇਸ ਇਹਨਾਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਠੀਕ ਹੈ ਤਾਂ ਕਿ ਸਾਰੇ ਇਸ ਫੈਸਿਲਿਟੀ ਦੀ ਆਪਣਾ ਫਾਇਦਾ ਉਠਾ ਸਕਣ ਠੀਕ ਹੈ ਆਪਸ਼ਨ ਕੁਐਸਚਨ ਨੰਬਰ ਚੌਥਾ ਦੇਖਦੇ ਹਾਂ ਅੱਜ ਦੀ ਵੀਡੀਓ ਦਾ ਹੁਣ ਆ ਗਿਆ ਦੋਸਤੋ ਕਿ ਕੋਰੋਨਾ ਵਾਇਰਸ ਨੂੰ ਤੋਂ ਜਾਣੂ ਕਰਾਉਣ ਲਈ ਗੂਗਲ ਨੇ ਕਿਹੜੀ ਨਵੀਂ ਵੈਬਸਾਈਟ ਲਾਂਚ ਕੀਤੀ ਹੈ ਠੀਕ ਹੈ ਗੂਗਲ ਨੇ ਇੱਕ ਨਵੀਂ ਵੈਬਸਾਈਟ ਲਾਂਚ ਕੀਤੀ ਹੈ ਕੋਰੋਨਾ ਵਾਇਰਸ ਤੋਂ ਅਵੇਅਰ ਕਰਾਉਣ ਲਈ ਆਪਸ਼ਨ ਏ google.com covid19 google.com/corona ਆਪਸ਼ਨ ਸੀ google.com/coronavirus ਆਪਸ਼ਨ ਡੀ none of these ਦੋਸਤੋ ਇਹ ਤਾਂ ਸਿੰਪਲ ਕੁਐਸਚਨ ਹੈ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਪੇਪਰ ਵਿੱਚ ਜੇ ਆਂਦਾ ਹੈ simple.google.com ਠੀਕ ਹੈ ਜੋ ਕਿ Google ਦੀ ਡੋਮੇਨ ਹੈ ਠੀਕ ਹੈ ਉਸ ਤੋਂ ਬਾਅਦ /covid19 ਠੀਕ ਹੈ ਤੁਹਾਡਾ ਫਰਸਟ ਆਪਸ਼ਨ ਇਸ ਤੇ ਦਾ ਆਨਸਰ ਆ ਜਾਏਗਾ ਠੀਕ ਹੈ ਸਿੰਪਲ ਹੈ ਬਸ ਕਨਫਿਊਜ਼ ਨਾ ਹੋਏ ਜੇ ਤੋਂ ਬਾਅਦ ਕਰੋਨਾ ਵਾਇਰਸ ਨਹੀਂ ਆਣਾ ਕੁਝ ਲੋਕ ਕਰੋਨਾ ਵਾਇਰਸ ਲਾ ਕੇ ਆ ਜਾਣਗੇ ਠੀਕ ਹੈ ਬਟ ਤੁਸੀਂ covid19 ਲਾਣਾ ਹੈ ਠੀਕ ਹੈ ਬਸ ਐ ਯਾਦ ਕਰ ਲਿਆ ਜੀ ਫੇਸਬੁੱਕ ਵਟਸਐਪ ਇੰਸਟਾਗ੍ਰam ਗੂਗਲ ਤਿੰਨਾਂ ਨੇ ਆਪਦਾ ਪ੍ਰੋਗਰਾਮ ਲਾਂਚ ਕੀਤੇ ਹੈ ਤੇ ਤਿੰਨਾਂ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਧਿਆਨ ਨਾਲ ਦੇਖੀ ਚੱਲੋ ਵੀਡੀਓਜ਼ ਨੂੰ ਨਾਲ ਨਾਲ ਨੋਟ ਵੀ ਕਰਦੇ ਜਾਓ ਇਹ ਨੋਟਸ ਹੀ ਤੁਹਾਡੇ ਕੰਮ ਆਣਗੇ ਬਾਅਦ ਚੋਂ ਪੰਜਵਾਂ ਕੁਐਸਚਨ ਦੇਖਦੇ ਹਾਂ ਅੱਜ ਦੀ ਵੀਡੀਓ ਦਾ ਕਰੋਨਾ ਵਾਇਰਸ ਤੋਂ ਜਾਣੂ ਕਰਾਉਣ ਲਈ ਪੰਜਾਬ ਦੁਆਰਾ ਕਿਹੜਾ ਐਪ ਲਾਂਚ ਕੀਤਾ ਗਿਆ ਹੈ ਦੋਸਤੋ ਵੈਰੀ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਲਈ ਠੀਕ ਹੈ ਇਹ ਤੁਹਾਨੂੰ ਪੇਪਰ ਵਿੱਚ ਦਿਖਾਈ ਦੇ ਸਕਦਾ ਹੈ ਕੁਐਸਚਨ ਪੰਜਾਬ ਦੁਆਰਾ ਦੋਸਤੋ অপਸ਼ਨ A ਕੋਵਾ ਪੰਜਾਬ অপਸ਼ਨ B ਪੰਜਾਬ ਫੀਡ অপਸ਼ਨ C ਕਰੋਨਾ ਫਰੀ ਪੰਜਾਬ অপਸ਼ਨ D ਨਨ ਆਫ ðiਸ ਐਸ ਕੁਐਸਚਨ ਦਾ ਆਨਸਰ ਦੋਸਤੋ ਸਾਰੇ ਜਣੇ ਕੀ ਹੋ ਸਕਦਾ ਹੈ ਕੁਐਸਚਨ ਆਨਸਰ ਕੋਵਾ ਪੰਜਾਬ ਪੰਜਾਬ ਫੀਡ ਕਰੋਨਾ ਫਰੀ ਪੰਜਾਬ ਨਨ ਆਫ ðiਸ ਜਾਂ ਇਹਨਾਂ ਚ ਕੋਈ ਵੀ ਨਹੀਂ ਪੰਜਾਬ ਨੇ ਕਰੋਨਾ ਤੋਂ ਅਵੇਅਰਡਨ ਲਈ ਕਿਹੜੀ ਐਪ ਲਾਂਚ ਕੀਤੀ ਹੈ ਯਾਦ ਰੱਖਿਓ ਇਹ ਕੋਈ ਵੈਬਸਾਈਟ ਨਹੀਂ ਹੈ ਇਹ ਕੋਈ ਪ੍ਰੋਗਰਾਮ ਨਹੀਂ ਹੈ ਇਹ ਐਪ ਹੈ ਠੀਕ ਹੈ ਹਰ ਚੀਜ਼ ਨੂੰ ਧਿਆਨ ਨਾਲ ਦੇਖਦੇ ਜਾਓ ਠੀਕ ਹੈ ਪੰਜਾਬ ਕਰੋਨਾ ਐਪ ਦੋਸਤੋ ਇਸ ਦਾ ਆਨਸਰ ਆਏਗਾ অপਸ਼ਨ A ਕੋਵਾ ਪੰਜਾਬ ਠੀਕ ਹੈ ਕੋਵਾ ਪੰਜਾਬ ਨਾਮ ਦੀ ਐਪ ਲਾਂਚ ਕੀਤੀ ਹੈ ਜੋ ਕਿ ਤੁਹਾਨੂੰ ਪਲੇ ਸਟੋਰ ਤੇ ਮਿਲ ਜਾਏਗੀ ਪੰਜਾਬ ਦੁਆਰਾ ਠੀਕ ਹੈ ਸਟੇਟ ਯਾਦ ਰੱਖਿਓ ਉੱਥੇ ਹਰਿਆਣਾ ਵੀ ਪੁੱਛ ਸਕਦੇ ਆ ਕਨਫਿਊਜ਼ ਕਰ ਲਈ ਪੰਜਾਬ ਨੇ ਕਰੋਨਾ ਵਾਇਰਸ ਤੋਂ ਅਵੇਅਰ ਲੈਣ ਲਈ ਇੱਕ ਐਪ ਲਾਂਚ ਕੀਤੀ ਹੈ ਉਹ ਹੈ ਕੋਵਾ ਪੰਜਾਬ ਹੁਣ ਤੁਸੀਂ ਇਹਨੂੰ ਯਾਦ ਕਿਵੇਂ ਕਰੋਗੇ ਕੋਵੇ ਤੋਂ ਯਾਦ ਕਰ ਲਿਓ ਜੇ ਕਿ ਜਿਹੜੇ ਕਾਂ ਆਏ ਠੀਕ ਹੈ ਉਹ ਪੰਜਾਬ ਚ ਬਹੁਤ ਜ਼ਿਆਦਾ ਪਾਏ ਜਾਂਦੇ ਆ ਠੀਕ ਹੈ ਇਹ ਇੱਕ ਥੋੜਾ ਜਿਹਾ ਫਨੀ ਸ਼ੋਰਟਕ ਹੋ ਗਈ ਹੈ ਤੁਹਾਡੇ ਲਈ ਠੀਕ ਹੈ ਯਾਦ ਰੱਖ ਲਿਓ ਬਸ ਪੁੱਲ ਨਾ ਜਾਈਓ ਠੀਕ ਹੈ ਕੋਵਾ ਪੰਜਾਬ ਇਹਦਾ ਆਨਸਰ ਆਏਗਾ ਠੀਕ ਹੈ ਪੰਜਵੇਂ ਦਾ ਦੋਸਤੋ ਅਗਲਾ 6ਵਾਂ ਕੁਐਸਚਨ ਦੇਖਦੇ ਹਾਂ ਅੱਜ ਦੀ ਵੀਡੀਓ ਦਾ ਜਦੋਂ ਮਾਈਕਰੋਸਕੋਪ ਦੇ ਨਾਲ ਵੇਖਿਆ ਜਾਂਦਾ ਹੈ ਤਾਂ ਕਰੋਨਾ ਵਿਚਾਨੂ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਮਤਲਬ ਜਦੋਂ ਆਪਾਂ ਕਰੋਨਾ ਜਿਹੜੇ ਵਿਚਾਨੂ ਐ ਉਹਨਾਂ ਨੂੰ ਜੇ ਆਪਾਂ ਮਾਈਕਰੋਸਕੋਪ ਨਾਲ ਦੇਖੀਏ ਤਾਂ ਉਹਨਾਂ ਦੀ ਸ਼ੇਪ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ অপਸ਼ਨ A 크라운 অপਸ਼ਨ B ਰਿੰਗ অপਸ਼ਨ C ਫਿਸ਼ অপਸ਼ਨ D ਲੰਗ ਦੱਸੋ ਜੀ ਇਸ ਦਾ ਆਨਸਰ ਦੱਸੋ ਕੀ ਹੋ ਸਕਦਾ ਹੈ A B C D ਵਿੱਚੋਂ ਇੱਕ ਆਨਸਰ ਹੈ ਤੁਹਾਡਾ ਕੁਐਸਚਨ ਨੰਬਰ 6ਵੇਂ ਦਾ ਦੋਸਤੋ ਆਨਸਰ ਤੁਹਾਡਾ ਹੋਏਗਾ অপਸ਼ਨ A 크라운 크라운 ਠੀਕ ਹੈ ਕਰੋਨ ਮਤਲਬ ਹੁੰਦਾ ਹੈ ਕਰੋਨਾ ਨੂੰ ਦੋਸਤੋ ਜਿਹੜਾ ਇਹਦਾ ਲਾਟਿਨ ਲੈਂਗੁਏਜ ਹੈ ਜਿਹੜੀ ਉਹਦੇ ਵਿੱਚ ਕਰੋਨ ਕਹਿੰਦੇ ਆ ਕਰੋਨਾ ਨੂੰ ਠੀਕ ਹੈ ਇਹ ਵੀ ਯਾਦ ਰੱਖਿਓ ਕੁਐਸਚਨ ਨੰਬਰ 7th ਦੇਖਦੇ ਆ ਕਰੋਨਾ ਵਾਇਰਸ ਦੀ ਪਹਿਲੀ ਪਛਾਣ ਕਦੋਂ ਕੀਤੀ ਗਈ ਦੋਸਤੋ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਦੱਸੋ ਸਾਰੇ ਜਣੇ ਜਵਾਬ 1960 2019 2020 ਆਪਸ਼ਨ ਡੀ 1965 ਸੱਤਵੇਂ ਕੁਐਸਚਨ ਦਾ ਜਵਾਬ ਦੋ ਸਾਰੇ ਜਣੇ उन्नीस सौ सठ दो हज़ार उन्नीस दो हज़ार भी उन्नीस सौ सब तो पहली बारी करोना वायरस की आइडेंटिफाई कदों गया पहचान कदों की गई आपूँ दो हज़ार भीहन मिले पर इनकी जी पहचान है वह बहुत ही पल हो चुकी है ठीक <laughs> है मतलब कि ऑप्शन थर्ड तो नहीं आऊगा दोस्तों इनका आंसर है ओप्शन ए उन्नीस सौ सठ ਠੀਕ ਹੈ ਇਹ ਤੁਸੀ ਯਾਦ ਰੱਖਣਾ ਹੈ 1960 1960 ਵਿੱਚ ਕਰੋਨਾ ਵਾਇਰਸ ਦੀ ਸਭ ਤੋਂ ਪਹਿਲੀ ਵਾਰੀ ਪਛਾਣ ਹੋਈ ਸੀ ਹੁਣ ਕੁਮਾਫਰਾ ਕੇ ਕੁਐਸਚਨ ਤੁਹਾਨੂੰ ਇਹ ਆਏਗਾ ਕਿ ਕਰੋਨਾ ਵਾਇਰਸ ਨੂੰ ਆਇਡੈਂਟੀਫਾਈ ਕਿੰਨੇ ਸਾਲ ਪਹਿਲਾਂ ਕੀਤਾ ਗਿਆ ਸੀ ਤੁਹਾਨੂੰ ਇਹ ਕੁਐਸਚਨ ਨਹੀਂ ਆਏਗਾ ਕਿ 1960 ਵਿੱਚ ਮਤਲਬ ਕਿ ਪਹਿਲੀ ਵਾਰੀ ਪਛਾਣ ਹੋਈ ਹੈ 2020 ਤੋਂ ਪਹਿਲਾਂ ਕਿੰਨੇ ਸਾਲ ਪਹਿਲਾਂ ਕਰੋਨਾ ਵਾਇਰਸ ਦੀ ਪਛਾਣ ਹੋਈ ਤਾਂ ਤੁਸੀਂ ਕਿੰਨੇ ਲਾਉਂਗੇ 60 ਸਾਲ ਠੀਕ ਹੈ 1960 ਤੋਂ ਲੈ ਕੇ 2020 ਤੱਕ ਨੇ ਆਪਣੇ 60 ਸਾਲ ਹੋ ਗਏ ਨਾ ਠੀਕ ਹੈ 60 ਸਾਲ ਹੋ ਚੁੱਕੇ ਹੈ ਕਰੋਨਾ ਵਾਇਰਸ ਨੂੰ ਆਇਡੈਂਟੀਫਾਈ ਹੋਏ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਆ ਅੱਜ ਦੀ ਕੁਐਸਚਨ ਹੈ ਅੱਠਵਾਂ ਆਪਣਾ ਦੋਸਤੋ ਅਰਜੀ ਤੌਰ ਤੇ ਕਰੋਨਾ ਵਾਇਰਸ ਦਾ ਨਵਾਂ ਨਾਮ ਕੀ ਸੀ ਅਗੋਏ ਕੁਐਸਚਨ ਕਹਿ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਦਾ ਜਿਹੜਾ ਨਵਾਂ ਨਾਮ ਟੈਂਪਰੇਰੀ ਟੈਂਪਰੇਰੀ ਜਿਹੜਾ ਨਾਮ ਹੈ ਕਰੋਨਾ ਵਾਇਰਸ ਦਾ ਉਹ ਕੀ ਹੈ ਹੁਣ ਇਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕਨਫਿਊਜ਼ ਹੋਵਾਂਗੇ ਕਿਉਂਕਿ ਆਪਾਂ ਪਹਿਲਾਂ ਦੀ ਵੀਡੀਓਜ਼ ਵੀ ਇਹ ਆਪਾਂ ਦੇਖ ਚੁੱਕੇ ਆ ਹੁਣ ਮੈਂ ਤੁਹਾਨੂੰ ਇੱਕ ਵਾਰੀ ਰਿਪੀਟ ਕਰ ਦਾਂਗਾ ਪਰ ਆਪਾਂ ਉਸ ਤੋਂ ਪਹਿਲਾਂ ਇਸ ਕੁਐਸਚਨ ਦਾ ਆਨਸਰ ਦੇਖ ਲੈਨੇ ਆ ਆਪਸ਼ਨ A 2019 NCO ਆਪਸ਼ਨ B SARS ਆਪਸ਼ਨ C HIV অপশন ডি করোনা দসো জি জলদি ইন দা আনসার করোনা ভাইরাস ਦਾ ਨਵਾਂ ਟੈਂਪਰੇਰੀ ਨਾਮ ਕੀ ਹੈ ਟੈਂਪਰੇਰੀ ঠিক ਹੈ ਫਿਰ ਮੈਂ ਤੁਹਾਡੀ কনਫਿਊਜ਼ਨ ਦੂਰ ਕਰ ਦਾਂਗਾ দোস্তੋ এস ਕੁਐਸਚਨ ਦਾ ਆਨਸਰ ਆਏਗਾ অপশন এ 2019 ਐਨ ਕੋਵ ঠিক ਹੈ ਉਹ ਤੁਹਾਨੂੰ ਕਨਫਿਊਜ਼ਨ ਇਹ ਹੋਏਗੀ ਕਿ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਕਿ WHO ਨੇ ਨੋਵਲ ਕਰੋਨਾ ਵਾਇਰਸ ਨੂੰ ਕੀ ਨਾਮ ਦਿੱਤਾ ਜੇ ਇਸ ਤਰ੍ਹਾਂ ਕੁਐਸਚਨ ਆਂਦਾ ਹੈ ਤਾਂ ਤੁਹਾਡਾ ਆਨਸਰ ਆਏਗਾ ਕੋਵਿਡ 19 ਜੇ ਪੁੱਛਿਆ ਜਾਵੇ ਕਿ ਚਾਈਨਾ ਤੋਂ ਬਾਅਦ ਆਪਣੇ ਦੇਸ਼ ਦੇ ਸਾਇੰਟਿਸਟ ਨੇ ਕਰੋਨਾ ਨੂੰ ਕੀ ਨਾਮ ਦਿੱਤਾ ਫਿਰ ਆਪਾਂ ਕੱਲ ਪੜਿਆ ਸੀਗਾ SARS-CoV-2 ਫਿਰ ਤੁਹਾਡਾ ਇਹ ਆਨਸਰ ਆਏਗਾ ਜੇ ਤੁਹਾਨੂੰ ਪੁੱਛਣ ਕਿ ਕਰੋਨਾ ਵਾਇਰਸ ਦਾ ਨਵਾਂ ਟੈਂਪਰੀਰੀ ਨਾਮ ਕੀ ਹੈ ਫਿਰ ਤੁਸੀਂ ਬੋਲਣਾ ਹੈ 2019 ਐਨ ਕੋ ਇਹ ਤਿੰਨੋਂ ਕੁਐਸਚਨ ਤੁਸੀਂ ਨੋਟ ਕਰ ਲਵੋ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਓਗੇ ਐਗਜ਼ਾਮ ਵਿੱਚ ਤੁਸੀਂ ਪੈਨਿਕ ਹੋ ਜਾਵੋਗੇ ਤੇ ਫਿਰ ਤੁਸੀਂ ਭੁੱਲ ਜਾਓਗੇ ਠੀਕ ਹੈ ਯਾਦ ਰੱਖਿਓ ਜਦੋਂ WHO ਪੁੱਛੇ ਕਿ ਨੋਵਲ ਕਰੋਨਾ ਵਾਇਰਸ ਦਾ ਨਾਮ ਕੋਵਿਡ 19 ਆਏਗਾ ਸਿੰਪਲ WHO ਕੋਵਿਡ 19 ਠੀਕ ਹੈ टेम्परेरी नाम 2019 एनको साइंटिस्ट ने की नाम ਦਿੱਤਾ ਤਾਂ ਤਾਂ ਆਏਗਾ ਆਪਣਾ SARS-CoV-2 ਇਹ تینوں ਕੁਸ਼ਨ ਯਾਦ ਰੱਖਣੇ ਆ ਠੀਕ ਹੈ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ ਕੋਈ ਡਾਊਟ ਹੋਏ ਤਾਂ ਮੈਨੂੰ ਜਰੂਰ ਇਸ ਵੀਡੀਓ ਦੇ نیچے ਕਮੈਂਟ ਕਰ ਦਿਓ ਠੀਕ ਹੈ ਅਗਲਾ ਕੁਸ਼ਨ ਦੇਖਦੇ ਹਾਂ ਨੋਵਾ ਕਰੋਨਾ ਵਾਇਰਸ ਨਾਮ ਦੀ ਭਾਸ਼ਾ ਕਿਸ ਭਾਸ਼ਾ ਵਿੱਚ ਆਈ ਹੈ ਮਤਲਬ ਕਰੋਨਾ ਵਾਇਰਸ ਕਿਸ ਲੈਂਗੁਏਜ ਤੋਂ ਲਿਤਾ ਗਿਆ ਹੈ ਜਿਹੜਾ ਕਰੋਨਾ ਵਾਇਰਸ ਨਾਮ ਹੈ ਇਹ ਕਿਸ ਲੈਂਗੁਏਜ ਦਾ ਕਿਸ ਲੈਂਗੁਏਜ ਦਾ ਹਿੱਸਾ ਹੈ ਕਿਸ ਲੈਂਗੁਏਜ ਤੋਂ ਲਿਤਾ ਗਿਆ ਹੈ অপਸ਼ਨ A ਇੰਗਲਿਸ਼ ਲਾਟਿਨ ਹਿੰਦੀ ਨਨ ਆਫ ਥੀਸ ਇਹ ਕੁਸ਼ਚਨ ਮੈਂ ਤੁਹਾਨੂੰ ਪਹਿਲਾਂ ਡਿਸਕਸ ਕਰ ਚੁੱਕਿਆ ਕਿ ਜਿਹੜਾ ਕਰੋਨਾ ਵਾਇਰਸ ਦਾ ਨਾਮ ਹੈ ਕਰੋਨਾ ਵਾਇਰਸ ਉਹ ਲਾਟਿਨ ਲੈਂਗੁਏਜ ਤੋਂ ਲਿਤਾ ਗਿਆ ਹੈ ਠੀਕ ਹੈ অপਸ਼ਨ B ਇਹਦਾ ਆਨਸਰ ਆਏਗਾ ਆਪਾਂ ਡਿਸਕਸ ਪਹਿਲਾਂ ਕਰ ਚੁੱਕੇ ਹਾਂ ਮੈਂ ਤੁਹਾਨੂੰ ਦੱਸਦਾ ਸੀ ਠੀਕ ਹੈ ਜਿੰਦਾ ਆਪਾਂ ਲਾਟਿਨ ਲੈਂਗੁਏਜ ਆਪਾਂ ਨੂੰ ਕਹਿੰਦੇ ਆ ਕ੍ਰਾਉਨ ਕ੍ਰਾਉਨ ਠੀਕ ਹੈ ਮਤਲਬ ਕਿ ਜੋ ਲਾਟਿਨ ਲੈਂਗੁਏਜ ਕਹਿੰਦੇ ਆ ਉਹਦਾ मीनिंग ਕ੍ਰਾਉਨ ਹੁੰਦਾ ਹੈ ਠੀਕ ਹੈ ਆਪਾਂ ਕੁਐਸਚਨ ਨੰਬਰ 10th ਦੇਖਦੇ ਆ ਅੱਜ ਦੀ ਵੀਡੀਓ ਦਾ ਕਿਹੜੀ ਸਰਕਾਰ ਨੇ ਸਿੱਖਿਆ ਚਾਲਕਾਂ ਨੂੰ ਲੋਕਡਾਊਨ ਕਰਨ 5000 ਰੁਪਏ ਦਾ ਐਲਾਨ ਕੀਤਾ ਹੈ ਮਤਲਬ ਕਿ ਕਿਹੜੀ ਸਟੇਟ ਨੇ ਲੋਕਡਾਊਨ ਤੇ ਕਰਕੇ ਮਤਲਬ ਸਾਰੇ ਜਣੇ ਕਿੰਨਾ ਨੁਕਸਾਨ ਹੋਇਆ ਹੈ ਠੀਕ ਹੈ ਮਤਲਬ ਅਨਐਮਪਲੋਇਮੈਂਟ ਹੋ ਗਈ ਹੈ ਸਾਰੇ ਪਾਸੇ ਬਰੋਜਗਾਰੀ ਹੋ ਗਈ ਹੈ ਸਾਰੇ ਤੇ ਕੰਮ ਛੁੜੀ ਗਿਆ ਤਾਂ ਕਿਹੜੀ ਸਰਕਾਰ ਨੇ ਰਿਕਸ਼ਾ ਚਾਲਕਾਂ ਨੂੰ 5000 ਰੁਪਏ ਦੇਣ ਦਾ ਐਲਾਨ ਕੀਤਾ ਹੈ ਹਰ ਰਿਕਸ਼ਾ ਚਾਲਕ ਨੂੰ অপਸ਼ਨ A ਦਿੱਲੀ অপਸ਼ਨ B ਪੰਜਾਬ অপਸ਼ਨ C ਹਰਿਆਣਾ অপਸ਼ਨ D ਮਹਾਰਾਸ਼ਟਰ ਤੁਸੀਂ ਇਸ ਕੁਐਸਚਨ ਦਾ ਅੰਦਾਜ਼ਾ ਵੀ ਲਗਾ ਸਕਦੇ ਹੋ ਖਾਸ ਕਰਕੇ ਇਹੋ ਜੇ ਕੰਮ ਤਾਂ ਦਿੱਲੀ ਸਰਕਾਰ ਹੀ ਕਰਦੀ ਹੈ ਠੀਕ ਹੈ অপਸ਼ਨ ਏ ਇਹਦਾ ਆਨਸਰ ਆ ਜਾਏਗਾ ਦਿੱਲੀ ਦਿੱਲੀ ਸਰਕਾਰ ਨੇ ਹਰ ਰਿਕਸ਼ਾ ਚਾਲਕ ਨੂੰ 5000 ਰੁਪਏ ਦੇਣ ਦਾ ਅਲਾਉਂਸ ਕੀਤਾ ਹੈ ਡਿਊ ਟੂ ਲੌਕਡਾਊਨ ਠੀਕ ਹੈ ਅਗਲਾ ਕੁਐਸਚਨ ਦੇਖਦੇ ਹਾਂ ਅੱਜ ਦੀ ਵੀਡੀਓ ਦਾ 11ਵਾਂ ਕੁਐਸਚਨ ਕੋਵਿਡ 19 ਰਿਸਪੌਂਸ ਪੈਕੇਜ ਨੂੰ ਵਧਾ ਕੇ 20 ਅਰਬ ਡਾਲਰ ਕਰ ਦਿੱਤਾ ਹੈ ਇਹਨਾਂ ਵਿੱਚੋਂ ਕਿਸ ਨੇ ਇਨਾਂ ਵਿੱਚੋਂ ਕਿਸ ਆਰਗੇਨਾਈਜੇਸ਼ਨ ਨੇ ਕੋਵਿਡ 19 ਰਿਸਪੌਂਸ ਪੈਕੇਜ ਨੂੰ ਵੰਦਾ ਕੇ 2 ਅਰਬ ਡਾਲਰ ਕਰ ਦਿੱਤਾ ਹੈ অপਸ਼ਨ A UN অপਸ਼ਨ B WHO অপਸ਼ਨ C ADB অপਸ਼ਨ D US ਦੋਜੀ ਜਵਾਬ ਇਸ ਕੁਐਸਚਨ ਦਾ ਸਾਰੇ ਜਣੇ 2 ਅਰਬ ਡਾਲਰ ਕਰਤਾ ਹੈ ਰਿਸਪੌਂਸ ਪੈਕੇਜ ਕੋਵਿਡ 19 ਦਾ ਦੋਸਤੋ ਐਸ ਕੁਐਸਚਨ ਦਾ ਆਨਸਰ ਮੈਂ ਤੁਹਾਨੂੰ ਦੱਸ ਦਿੰਦਾ ਜਿਆਦਾਤਰ ਲੋਕ ਯੂਨ ਲਾਣਗੇ ਪਰ ਯੂਨ ਦਾ ਇਹਦਾ ਆਨਸਰ ਨਹੀਂ ਹੈ ਐਸ ਕੁਐਸਚਨ ਦਾ ਆਨਸਰ ਹੈ ਏਡੀਬ ਹੁਣ ਤੁਸੀਂ ਮੈਨੂੰ ਏਡੀਬ ਦੀ ਫੁੱਲ ਫਾਰਮ ਤੁਹਾਨੂੰ ਮੈਂ ਦੱਸ ਦਿੰਦਾ ਬਟ ਇਹਦਾ ਹੈੱਡਕੁਆਰਟਰ ਕਿੱਥੇ ਹੈ ਉਹ ਲੋਕ ਬਹੁਤ ਤੁਸੀਂ ਦੱਸਣਾ ਹੈ ਠੀਕ ਹੈ ਏਡੀਬ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਜਿੰਦੀ ਸਥਾਪਨਾ 1966 ਵਿੱਚ ਹੋਈ ਸੀ 1966 ਵਿੱਚ ਹੀ ਆਪਣਾ ਪੰਜਾਬ ਤੇ ਹਰਿਆਣਾ ਬਣੇ ਸੀਗੇ ਠੀਕ ਹੈ 1 ਨਵੰਬਰ 1966 ਵਿੱਚ ਪੰਜਾਬ ਤੇ ਹਰਿਆਣਾ ਦੋਵਾਂ ਦਾ ਸਥਾਪਨਾ ਦਿਵਸ ਹੈ ADB ਦਾ ਵੀ 1966 ਵਿੱਚ ਹੈ ਠੀਕ ਹੈ ADB ਦਾ ਹੈੱਡਕੁਆਟਰ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਇਹ ਤੁਹਾਡਾ ਹੋਮਵਰਕ ਹੈ ਅੱਜ ਦਾ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ ਐਸ ਕੁਐਸਚਨ ਦਾ ਅਨਸਰ ਵੀ ADB ਆਏਗਾ ADB ਨੇ 2 ਅਰਬ ਡਾਲਰ ਦਾ ਰਿਸਪੌਂਸ ਪੈਕੇਜ ਬਦਾਰਤਾ ਹੈ ਕੋਵਿਡ 19 ਨੂੰ ਦੇਖਦੇ ਹੋਏ ਨੈਕਸਟ ਕੁਐਸਚਨ ਦੇਖਦੇ ਆਂ ਅੱਜ ਦੀ ਵੀਡੀਓ ਦਾ 12ਵਾਂ ਕੁਐਸਚਨ ਕਿਸ ਕੇਂਦਰ ਸਰਕਾਰ ਕਿਸ ਰਾਜ ਸਰਕਾਰ ਨੇ ਕੋਵਿਡ 19 ਦੇ ਮਰੀਜ਼ਾਂ ਲਈ ਕਪੋਰਟ ਰੋਬੋਟਿਕਸ ਦੀ ਵਰਤੋਂ ਕੀਤੀ ਹੈ ਰੋਬੋਟਸ ਦੀ ਵਰਤੋਂ ਕਿਸ ਸਰਕਾਰ ਨੇ ਕੀਤੀ ਹੈ ਕੋਵਿਡ 19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਦੱਸੋ ਜੀ ਆਪਸ਼ਨ A ਮਹਾਰਾਸ਼ਟਰ ਆਪਸ਼ਨ B ਗੁਜਰਾਤ অপশন সি Jharkhand অপশন ডি নান অফ দিস রোবোটিক্স ਦਾ ਇਸਤੇਮਾਲ ਕਿ ਸਰਕਾਰ ਨੇ ਕੀਤਾ ਹੈ ਕਬੋਟ ਰੋਬੋਟਿਕਸ ਮਰੀਜ਼ਾਂ ਦਾ ਮਤਲਬ ਮਰੀਜ਼ਾਂ ਨੂੰ ਸੰਭਾਲਣ ਲਈ ਠੀਕ ਹੈ ਇਹਦਾ ਦੋਸਤੋ ਆਨਸਰ ਆਏਗਾ অপশন সি Jharkhand ਠੀਕ ਹੈ অপশন সি ছাৰখণ্ড নে কোবট রোবোটিক্স দি ਵਰਤੋ ਕੀਤੀ ਹੈ কোਵਿਡ 19 ਨੂੰ ਦੇਖਦੇ ਹੋਏ কোਵਿਡ 19 ਦੇ ਮਰੀਜ਼ਾਂ ਨੂੰ ਸੰਭਾਲਣ ਲਈ ਉਹਨਾਂ ਦੀ ਦੇਖਭਾਲ ਕਰਨ ਲਈ ਠੀਕ ਹੈ ছাৰখণ্ড ਆਏਗਾ ਯਾਦ ਰੱਖਿਓ ਐਸ ਕੁਐਸਚਨ ਦਾ ਅਨਸਰ ਅਗਲਾ ਕੁਐਸਚਨ ਦੇਖਦੇ ਹਾਂ ਨੈਸ਼ਨਲ ਪਾਰਕ ਦੇ ਜਾਨਵਰਾਂ ਨੂੰ ਕੁਆਰੰਟਾਈਨ ਕਰਨ ਲਈ ਵੱਖਰੇ ਵਾਰਡ ਬਣਾਏ ਗਏ ਹਨ ਕਿਸ ਨੈਸ਼ਨਲ ਪਾਰਕ ਨੇ ਜਾਨਵਰਾਂ ਨੂੰ ਕੁਆਰੰਟਾਈਨ ਕਰਨ ਲਈ ਅਲੱਗ ਤੋਂ ਵਾਰਡ ਬਣਾਇਆ ਹੈ অপਸ਼ਨ A ਜਿਮ ਕੋਰਬੇਟ نیشنل پارک অপਸ਼ਨ B ਕਾਨਹਾ ਨੈਸ਼ਨਲ پارک অপਸ਼ਨ C ਗਿਰ ਨੈਸ਼ਨਲ پارک অপਸ਼ਨ D ਨਨ ਕੁਐਸ਼ਨ 13 ਵੇ ਦਾ ਆਨਸਰ ਦੋ ਸਭੀ ਜਨੇ ਸਾਢੇ ਜਨੇ ਜਿਮ ਕੋਰਬੇਟ ਕਾਨਾ ਗਿਰ ਨੈਸ਼ਨਲ پارک ਜਾਂ ਫਿਰ ਇਨਾਂ ਚੋਂ ਕੋਈ ਵੀ ਨਹੀਂ ਜਾਨਵਰਾਂ ਨੂੰ ਕੁਆਰੰਟਾਈਨ ਕਰਨ ਲਈ ਅਲੱਗ ਵਾਰਡ ਵਿੱਚ ਸ਼ਿਫਟ ਕੀਤਾ ਹੈ ਦੱਸੋ ਕਿਸ نیشنل ਪਾਰਕ ਨੇ ਕੀਤਾ ਹੈ ਇਹ ਕੰਮ ਦੋਸਤੋ ਇਹਦਾ ਆਨਸਰ ਆਏਗਾ অপਸ਼ਨ A ਜਿਮ ਕੋਰਬੇਟ نیشنل ਪਾਰਕ ਠੀਕ ਹੈ ਹੁਣ ਤੁਸੀਂ ਮੈਨੂੰ ਇਹ ਦੱਸਣਾ ਹੈ ਕਮੈਂਟ ਬਾਕਸ ਵਿੱਚ ਸਾਰਿਆਂ ਨੇ ਜਿਹੜਾ ਅੱਜ ਦਾ ਤੁਹਾਡਾ ਹੋਮਵਰਕ ਹੈ ਸੈਕਿੰਡ ਕੁਐਸ਼ਨ ਜਿਮ ਕੋਰਬੇਟ نیشنل ਪਾਰਕ ਕਿੱਥੇ ਹੈ ਠੀਕ ਹੈ ਕਿਹੜੀ ਸਟੇਟ ਵਿੱਚ ਹੈ ਜਿਮ ਕੋਰਬੇਟ نیشنل پارک 13ਵਾਂ ਦਾ ਆਨਸਰ ਹੈ অপਸ਼ਨ A ਠੀਕ ਹੈ ਅਗਲਾ ਕੁਐਸਚਨ ਦੇਖਦੇ ਹਾਂ ਜੋ ਕਿ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ 14 ਕੁਐਸਚਨ ਹੀ ਡਿਸਕਸ ਕੀਤੇ ਹੈ ਆਈ ਹੋਪ ਤੁਹਾਨੂੰ ਸਾਰੇ ਸਮਝ ਆ ਰਹੇ ਹੋਣਗੇ ਕਿਹੜੀ IIT ਨੇ ਵੱਡੀਆਂ ਥਾਵਾਂ ਦਾ ਸੈਨੀਟਾਈਜ਼ ਕਰਨ ਲਈ ਇੱਕ ਡਰੋਨ ਤਿਆਰ ਕੀਤਾ ਹੈ ਕਿਹੜੀ IIT ਹੈ ਜਿਨੇ ਇੱਕ ਡਰੋਨ ਤਿਆਰ ਕੀਤਾ ਹੈ ਮਤਲਬ ਕਿ ਜਿਆਦਾ ਸਪੇਸ ਵਾਲੀ ਜਗ੍ਹਾ ਨੂੰ ਸੈਨੀਟਾਈਜ਼ ਕਰਨ ਲਈ ਮਤਲਬ ਕਿ ਜੋ ਕਿ ਆਮ ਇਨਸਾਨ ਨਹੀਂ ਕਰ ਸਕਦਾ ਬਹੁਤ ਵੱਡੀਆਂ ਜਗ੍ਹਾ ਨੂੰ ਬਹੁਤ ਵੱਡੀਆਂ ਥਾਵਾਂ ਨੂੰ ਸੈਨੀਟਾਈਜ਼ ਕਰਨ ਲਈ ਕਿਹੜੀ ਆਈਆਈਟੀ ਨੇ ਇੱਕ ਡਰੋਨ ਤਿਆਰ ਕੀਤਾ ਹੈ অপਸ਼ਨ A ਆਈਆਈਟੀ ਦਿੱਲੀ অপਸ਼ਨ B ਆਈਆਈਟੀ ਮੁੰਬਈ অপਸ਼ਨ C ਆਈਆਈਟੀ ਗੁਹਾਟੀ অপਸ਼ਨ D ਆਈਆਈਟੀ ਖੜਕਪੁਰ ਦੋਸਤੋ ਇਸ ਕੁਐਸਚਨ ਦਾ ਵੀ ਆਨਸਰ ਜਿਹੜਾ ਹੈ ਉਹ ਆਪਸ਼ਨ A ਹੈ IIT ਦਿੱਲੀ ਠੀਕ ਹੈ ਅਪਾ ਪਹਿਲਾਂ ਗੱਲ ਕੀਤੀ ਸੀ ਕਿ ਹਰ ਰਿਕਸ਼ਾ ਚਾਲਕ ਨੂੰ ਪੈਸੇ ਦੇਣ 50000 ਸੀਗਾ ਕਿ ਹਾਂ 50000 ਸੀਗਾ ਦੇਣ ਦਾ ਐਲਾਨ ਕਿਨੇ ਦਿੱਤਾ ਹੈ ਉਹ ਵੀ ਦਿੱਲੀ ਸਰਕਾਰ ਨੇ ਕੀਤਾ ਹੈ ਤੇ IIT ਦੀ ਗੱਲ ਕਰੀਏ ਵੱਡੀਆਂ ਜਗਾਵਾਂ ਨੂੰ ਸੈਨੀਟਾਈਜ਼ ਕਰਨ ਲਈ ਡਰੋਨ ਕਿੰਨੇ ਤਿਆਰ ਕੀਤਾ ਹੈ ਉਹ ਹੈ ਦਿੱਲੀ ਦੋਸਤੋ ਤੁਸੀਂ ਇਹਨੂੰ ਯਾਦ ਕਿਵੇਂ ਕਰੋਗੇ ਇੱਕ ਟ੍ਰਿਕ ਆਂਦੀ ਹੈ ਮੇਰੇ ਮਨ ਵਿੱਚ ਮੇਰੇ ਦਿਮਾਗ 'ਚ ਇੱਕ ਟ੍ਰਿਕ ਆ ਰਹੀ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹਨਾ ਦੇਖੋ ਤੁਸੀਂ ਯਾਦ ਰੱਖਣਾ ਹੈ ਆਹਾ ਵਰਡ ਕਿ ਸੈਨੀਟਾਈਜ਼ ਕਰਨ ਲਈ ਡਰੋਨ ਕਿੰਨੇ ਤਿਆਰ ਕੀਤਾ ਡਰੋਨ ਵਿੱਚ ਵਰਡ ਆ ਰਿਹਾ ਹੈ ਡਰ ਜਿਹੜਾ ਬੰਦਾ ਜ਼ਿਆਦਾ ਡਰਦਾ ਹੈ ਹੁੰਦਾ ਕੀ ਹੁੰਦਾ ਦਿਲ ਕਮਜ਼ੋਰ ਹੁੰਦਾ ਹੈ ਦਿਲ ਤੋਂ ਯਾਦ ਰੱਖ ਲਿਆ ਜੀ ਦਿੱਲੀ ਤੋਂ ਦਿਲ ਡਰ ਦਿੱਲੀ ਠੀਕ ਹੈ ਡਰੋਨ ਜਦੋਂ ਆ ਜਾਵੇ ਤੁਹਾਡੇ ਐਗਜ਼ਾਮ ਵਿੱਚ ਕਿ ਡਰੋਨ ਕਿੰਨੇ ਤਿਆਰ ਕੀਤਾ ਹੈ ਸੈਨੀਟਾਈਜ਼ ਕਰਨ ਲਈ ਵੱਡੀਆਂ ਜਗਾਵਾਂ ਨੂੰ ਤਾਂ ਉਹਦਾ ਆਨਸਰ ਆਏਗਾ ਦਿਲ ਤੋਂ ਦਿੱਲੀ ਠੀਕ ਹੈ ਆਈਆਈਟੀ ਦਿੱਲੀ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਪਲੀਜ਼ ਸ਼ੇਅਰ ਕਰਿਓ ਜਿਆਦਾ ਤੋਂ ਜਿਆਦਾ ਆਪਦੇ ਸੋਸ਼ਲ ਲਿੰਕਸ ਵਿੱਚ ਇਹਨਾਂ ਐਸ ਵੀਡੀਓ ਦੇ ਲਿੰਕ ਨੂੰ ਦੋਸਤੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਲਾਈਕ ਕਰਦੇ ਹੋ ਇੱਕ ਵਾਰੀ ਸਾਰੇ ਜਣੇ ਠੀਕ ਹੈ ਜੇ ਕੋਈ ਡਾਊਟ ਹੋਏ ਤਾਂ ਮੈਨੂੰ ਜਰੂਰ ਪੁੱਛ ਲਿਓ ਕੋਈ ਕਮੀ ਹੋਏ ਵੀਡੀਓ ਵਿੱਚ ਤਾਂ ਉਹ ਵੀ ਜਰੂਰ ਦੱਸੋ ਤੁਹਾਡੀ ਸਾਰੀਆਂ ਦੋਸਤੋ ਕਮੀਆਂ ਪੂਰੀਆਂ ਕਿਤੇ ਜਾਣਗੀਆਂ ਮੈਂ ਆਲੇ ਵੱਲੋਂ ਦੋਸਤੋ ਪੂਰੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਪ੍ਰੈਪਰੇਸ਼ਨ ਕਰਵਾਉਣ ਦੀ ਵਾਰਡ اٹੈਂਡੈਂਟ ਤੇ ਕੋਵਿਡ 19 ਕੁਐਸ਼ਨਸ ਦੋਸਤੋ 300 ਕੁਐਸ਼ਨ ਆਪਾਂ ਕੰਪਲੀਟ ਕਰਾਂਗੇ ਬਸ ਤੁਸੀਂ ਨਾਲ ਜੁੜੇ ਰਹਿਣਾ ਹੈ ਠੀਕ ਹੈ ਬਿਲਕੁਲ ਵੀ ਮਤਲਬ ਡੀਮੋਟੀਵੇਟ ਨਹੀਂ ਹੋਣਾ ਠੀਕ ਹੈ ਪਰਦੇ ਰਹਿਣਾ ਹੈ ਆਪਦਾ ਆਪਾਂ ਸੈLECTION ਲਵਾਂਗੇ ਜ਼ਰੂਰ ਲਵਾਂਗੇ ਟੈਨਸ਼ਨ ਨਾ ਲਿਓ ਠੀਕ ਹੈ ਜੇਕਰ ਦੋਸਤੋ ਤੁਸੀਂ ਅੱਜ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਅੱਜ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤੇ ਹੋਏ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਇੰਪੋਰਟੈਂਟ ਨੋਟੀਫਿਕੇਸ਼ਨਸ ਤੁਹਾਡੇ ਮੋਬਾਈਲ ਜਾਂ ਪੀਸੀ ਤੇ ਸਭ ਤੋਂ ਪਹਿਲਾਂ ਪਹੁੰਚ ਸਕਣ। ਪਰ ਚਲੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜਿਹੜਾ ਹੋਮਵਰਕ ਦਿੱਤਾ ਹੈ ਤੁਹਾਨੂੰ ਉਹ ਤੁਸੀਂ ਜ਼ਰੂਰ ਜਵਾਬ ਦਿਓ। ਏਡੀਬੀ ਦਾ ਹੈੱਡਕੁਆਰਟਰ ਦੱਸਣਾ ਹੈ, ਠੀਕ ਹੈ? ਇੱਕ ਅੱਧਾ ਕੁਐਸਚਨ ਤੁਹਾਨੂੰ ਮੈਂ ਪਹਿਲਾਂ ਵੀ ਡਿਸਕਸ ਕੀਤਾ ਸੀ। ਉਹ ਤੁਸੀਂ ਮਾੜਾ ਵੀਡੀਓ ਵਿੱਚ ਦੇਖ ਲਿਆ ਜੇ। ਠੀਕ ਹੈ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਗੋਡ ਬlesਸ ਯੂ ਟੇਕ ਕੇਅਰ